ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਈ ਚੈਨਲ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ 7 ਅਤੇ 8 ਤਰੀਕ ਨੂੰ ਜੋ ਪੰਜਾਬ ਪੁਲਿਸ ਦੇ ਵਿੱਚ ਕੁਸ਼ਚਨ ਆਏ ਨੇ ਉਹਨਾਂ 'ਤੇ ਨਿਗਾਹ ਮਾਰਾਂਗੇ। ਪਹਿਲਾ ਕੁਸ਼ਚਨ ਹੈ ਜੀ, ਗੋਇੰਦਵਾਲ ਸਾਹਿਬ ਦਾ ਸੰਬੰਧ ਕਿਸ ਗੁਰੂ ਨਾਲ ਹੈ? ਤਾਂ ਇਹ ਗੁਰਦੁਆਰੇ ਸਾਹਿਬ ਦਾ ਜੋ ਸੰਬੰਧ ਹੈ ਉਹ ਆਪਣੇ ਤੀਸਰੇ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਦੇ ਨਾਲ ਹੈ। ਇੱਦਾਂ ਦੇ ਕੁਸ਼ਚਨ ਆਪਾਂ ਨੂੰ ਪ੍ਰੀਵੀਅਸ ਵੀ ਵੇਖਣ 'ਚ ਮਿਲੇ ਨੇ ਪੇਪਰਾਂ ਦੇ ਵਿੱਚ, ਜਿਹਦੇ ਵਿੱਚ ਅਲੱਗ ਅਲੱਗ ਗੁਰਦੁਆਰਿਆਂ ਦਾ ਮੈਂਸ਼ਨ ਕੀਤਾ ਹੈ ਕਿ ਕਿਸ ਗੁਰੂ ਸਾਹਿਬਾਨ ਦੇ ਨਾਲ ਰਿਲੇਟਿਡ ਨੇ। ਸੋ ਤੁਸੀਂ ਪੇਪਰ 'ਚ ਜਾਣ ਤੋਂ ਪਹਿਲਾਂ ਉਹ ਜੋ ਇੱਕ ਲਿਸਟ ਹੈ ਉਹਦੇ 'ਤੇ ਇੱਕ ਵਾਰੀ ਨਿਗਾਹ ਜ਼ਰੂਰ ਮਾਰ ਲੈਣਾ ਕਿ ਕਿਹੜਾ ਗੁਰਦੁਆਰਾ ਸਾਹਿਬ ਕਿਹੜੇ ਗੁਰੂ ਸਾਹਿਬਾਨ ਦੇ ਨਾਲ ਰਿਲੇਟਿਡ ਹੈ। ਸੋ ਨੈਕਸਟ ਇੰਪੋਰਟੈਂਟ ਕੁਸ਼ਚਨ ਹੈ ਕਿ ਆਰਟੀਕਲ 16, ਠੀਕ ਹੈ, ਉਹ ਹਰ ਸ਼ਿਫਟ ਦੇ ਵਿੱਚ ਫੰਡਾਮੈਂਟਲ ਰਾਈਟਸ ਜ਼ਰੂਰ ਪੁੱਛ ਰਹੇ ਨੇ ਅਲੱਗ ਅਲੱਗ ਫੰਡਾਮੈਂਟਲ ਰਾਈਟਸ ਦੇ ਕੇ ਕਿ ਇਹ ਕਿਸ ਨਾਲ ਰਿਲੇਟਿਡ ਹੈ। ਸੋ ਜੋ ਆਰਟੀਕਲ 16 ਹੈ ਆਪਾਂ ਨੂੰ ਪਤਾ ਕਿ ਰਾਈਟ ਟੂ ਇਕੁਐਲਿਟੀ ਦੇ ਨਾਲ ਰਿਲੇਟਿਡ ਹੈ। ਜੋ ਆਪਣੇ ਕੋਲ 14 ਤੋਂ ਲੈ ਕੇ 18 ਤੱਕ ਆਰਟੀਕਲਸ ਨੇ ਉਹ ਸਾਰੇ ਰਾਈਟ ਟੂ ਇਕੁਐਲਿਟੀ ਨਾਲ ਰਿਲੇਟਿਡ ਨੇ। 19 ਤੋਂ ਲੈ ਕੇ 22 ਤੱਕ ਜੋ ਆਰਟੀਕਲਸ ਨੇ ਦੈਟ ਆਰ ਰਿਲੇਟਿਡ ਟੂ ਰਾਈਟ ਟੂ ਫਰੀਡਮ। 23 ਅਤੇ 24 ਰਾਈਟ ਅਗੇਂਸਟ ਐਕਸਪਲੋਟੇਸ਼ਨ, ਠੀਕ ਹੈ। 25 ਤੋਂ ਲੈ ਕੇ 28 ਤੱਕ ਰਾਈਟ ਟੂ ਰਿਲੀਜ਼ਨ, ਧਾਰਮਿਕ ਆਸਥਾ ਹੈ ਜੋ ਬੰਦੇ ਦੀ ਉਹਦੇ ਨਾਲ ਰਿਲੇਟਿਡ ਨੇ। ਜੋ 29 ਅਤੇ 30 ਹੈ ਉਹ ਆਪਣੇ ਕੋਲ ਮਿਨੋਰਿਟੀ ਦੇ ਨਾਲ ਰਿਲੇਟਿਡ ਹੈ। ਸੋ ਜੋ ਧਾਰਾ 356 ਹੈ ਉਹ ਕੀ ਹੈ? ਦੈਟ ਇਜ਼ ਰਿਲੇਟਿਡ ਟੂ ਪ੍ਰੈਜ਼ੀਡੈਂਟ ਰੂਲ, ਠੀਕ ਹੈ। ਰਾਸ਼ਟਰਪਤੀ ਸ਼ਾਸਨ ਜੋ ਹੈ ਲਾਗੂ ਹੋ ਜਾਂਦਾ ਹੈ। ਅਤੇ ਜੇ ਆਪਾਂ ਵੇਖੀਏ ਤਾਂ ਜੋ 352 ਹੈ ਉਹ ਨੈਸ਼ਨਲ ਐਮਰਜੈਂਸੀ ਦੇ ਨਾਲ ਰਿਲੇਟਿਡ ਹੈ। ਜੋ 360 ਹੈ ਉਹ ਫਾਈਨੈਂਸ਼ੀਅਲ ਐਮਰਜੈਂਸੀ ਦੇ ਨਾਲ ਰਿਲੇਟਿਡ ਹੈ। 351 ਤੋਂ ਲੈ ਕੇ 360 ਤੱਕ ਜਿੰਨੇ ਵੀ ਆਰਟੀਕਲਸ ਨੇ ਉਹ ਐਮਰਜੈਂਸੀ ਦੇ ਅਲੱਗ ਅਲੱਗ ਪੜਾਵਾਂ ਦੇ ਨਾਲ ਰਿਲੇਟਿਡ ਨੇ। ਆਰਟੀਕਲ ਜੋ 243M ਹੈ, ਪਹਿਲੀ ਗੱਲ ਤਾਂ ਇਹ ਪੰਚਾਇਤੀ ਸਿਸਟਮ ਦੇ ਨਾਲ ਰਿਲੇਟਿਡ ਹੈ ਜੋ ਕਿ ਹਰ ਸ਼ਿਫਟ ਦੇ ਵਿੱਚ ਪੁੱਛਿਆ ਜਾ ਰਿਹਾ ਹੈ ਪੰਚਾਇਤੀ ਰਾਜ 'ਚੋਂ ਕੋਈ ਨਾ ਕੋਈ ਕੁਸ਼ਚਨ, ਠੀਕ ਹੈ। ਅਤੇ ਇਹ ਗ੍ਰਾਂਟਸ ਦੇ ਨਾਲ ਰਿਲੇਟਿਡ ਹੈ ਜੋ ਮਿਊਨਿਸਿਪਲ ਕਮੇਟੀਜ਼ ਨੂੰ ਦਿੱਤੀਆਂ ਜਾਂਦੀਆਂ ਨੇ, ਠੀਕ ਹੈ। ਨੈਕਸਟ ਕੁਸ਼ਚਨ ਹੈ ਕਿ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਨੂੰ ਕੌਣ ਵਧਾ ਘਟਾ ਸਕਦਾ ਹੈ? ਤਾਂ ਆਪਾਂ ਨੂੰ ਪਤਾ ਹੈ ਕਿ ਪਾਰਲੀਮੈਂਟ ਹੈ ਜੋ ਉਹ ਵਧਾ ਘਟਾ ਸਕਦਾ ਹੈ। ਅਤੇ ਜੇ ਆਪਾਂ ਕੁਝ ਕੁਸ਼ਚਨ ਆ ਜਾਏ ਅਪੁਆਇੰਟਮੈਂਟ ਕੌਣ ਕਰਦਾ ਹੈ ਸੁਪਰੀਮ ਕੋਰਟ ਦੇ ਜੱਜਾਂ ਦੀ, ਤਾਂ ਉਹ ਆਪਣੇ ਕੋਲ ਜੋ ਪ੍ਰੈਜ਼ੀਡੈਂਟ ਹੈ ਉਹ ਕਰਦਾ ਹੈ, ਠੀਕ ਹੈ। ਔਨ ਦਾ ਰਿਕਮੈਂਡੇਸ਼ਨ ਆਫ ਜੱਜਿਸ ਆਫ ਸੁਪਰੀਮ ਕੋਰਟ, ਠੀਕ ਹੈ। ਚੂਜ਼ ਕੌਣ ਕਰਦਾ ਜੱਜਿਸ? ਸੀਨੀਅਰ ਮੋਸਟ ਜੱਜਿਸ ਅਤੇ ਚੀਫ ਜਸਟਿਸ ਆਫ ਇੰਡੀਆ। ਅਤੇ ਫਿਰ ਉਹ ਨਾਮ ਭੇਜਦੇ ਨੇ ਪ੍ਰੈਜ਼ੀਡੈਂਟ ਕੋਲ, ਉਹ ਅਪੁਆਇੰਟ ਕਰਦਾ ਹੈ ਅਤੇ ਉਹਨਾਂ ਦੀ ਗਿਣਤੀ ਨੂੰ ਵਧਾ ਘਟਾ ਪਾਰਲੀਮੈਂਟ ਸਕਦਾ ਹੈ। ਕਿਸ ਵਾਈਟਾਮਿਨ ਦੀ ਕਮੀ ਦੇ ਨਾਲ ਮਸੂੜਿਆਂ ਵਿੱਚੋਂ ਖੂਨ ਨਿਕਲਦਾ ਹੈ? ਤਾਂ ਵਾਈਟਾਮਿਨ ਸੀ ਦੀ ਕਮੀ ਦੇ ਨਾਲ, ਵਾਈਟਾਮਿਨ ਏ ਨਾਲ ਨਾਈਟ ਬਲਾਈਂਡਨੈਸ ਹੁੰਦੀ ਹੈ, ਬੀ ਦੀ ਕਮੀ ਨਾਲ ਬੇਰੀ ਰੋਗ ਹੁੰਦਾ ਹੈ, ਸੀ ਦੀ ਕਮੀ ਦੇ ਨਾਲ ਸਕਰਵੀ, ਅਤੇ ਡੀ ਦੀ ਕਮੀ ਦੇ ਨਾਲ ਰਿਕਟਸ ਰੋਗ ਹੁੰਦਾ ਹੈ। ਇਹ ਆਉਣ ਵਾਲੇ ਪੇਪਰਾਂ ਦੇ ਵਿੱਚ ਪੁੱਛੇ ਜਾ ਸਕਦੇ ਨੇ। ਕਿਹੜਾ ਲੇਖ ਰਾਜ ਮੈਂਬਰਾਂ ਦੇ ਸਮੇਂ ਦੇ ਨਾਲ ਸੰਬੰਧਿਤ ਹੈ, ਯਾਨੀ ਕਿ ਉਹਨਾਂ ਦੇ ਟਾਈਮ ਪੀਰੀਅਡ ਦੇ ਨਾਲ? ਤਾਂ 195। ਪ੍ਰੋ ਟਰਮ ਸਪੀਕਰ ਨੂੰ ਕਿਉਂ ਨਿਯੁਕਤ ਕਰਦਾ ਹੈ? ਪ੍ਰੈਜ਼ੀਡੈਂਟ ਨਿਯੁਕਤ ਕਰਦਾ ਹੈ। ਜੋ ਪ੍ਰੋ ਟਰਮ ਸਪੀਕਰ ਹੁੰਦਾ ਹੈ, ਸਪੀਕਰ ਦੀ ਅਪੁਆਇੰਟਮੈਂਟ ਤੋਂ ਪਹਿਲਾਂ ਇੱਕ ਟੈਂਪਰੇਰੀ ਸਪੀਕਰ ਚੂਜ਼ ਕੀਤਾ ਜਾਂਦਾ ਹੈ ਜਿਹਨੂੰ ਆਪਾਂ ਪ੍ਰੋ ਟਰਮ ਸਪੀਕਰ ਕਹਿੰਦੇ ਹਾਂ, ਅਤੇ ਉਹਦੀ ਨਿਯੁਕਤੀ ਪ੍ਰੈਜ਼ੀਡੈਂਟ ਕਰਦਾ ਹੈ। ਸੰਵਿਧਾਨ ਵਿੱਚ ਕਿੰਨੀਆਂ ਜੋ ਫੰਡਾਮੈਂਟਲ ਡਿਊਟੀਜ਼ ਨੇ ਉਹ ਨੇ? ਉਹ 11 ਨੇ। ਅਤੇ ਕਿਹੜੇ ਆਰਟੀਕਲ ਵਿੱਚ ਨੇ? 51A ਦੇ ਵਿੱਚ ਐਡ ਕੀਤੀਆਂ ਗਈਆਂ ਨੇ। ਅਤੇ ਕਿਹੜੀ ਕਮੇਟੀ ਦੀ ਜੋ ਸਿਫਾਰਿਸ਼ 'ਤੇ ਐਡ ਕੀਤੀਆਂ ਗਈਆਂ ਸੀਗੀਆਂ? ਸਵਰਨ ਸਿੰਘ ਕਮੇਟੀ ਨਾਮ ਸੀਗਾ, ਠੀਕ ਹੈ। ਇਹਨੇ ਬਹੁਤ ਸਾਰੀਆਂ ਫੰਡਾਮੈਂਟਲ ਡਿਊਟੀਜ਼ ਰਿਕਮੈਂਡ ਕੀਤੀਆਂ ਸੀਗੀਆਂ, ਜਿਹਦੇ ਵਿੱਚੋਂ ਕੁਛ ਨੂੰ ਆਪਣੇ ਸੰਵਿਧਾਨ ਦੇ ਵਿੱਚ ਐਡ ਕਰ ਲਿੱਤਾ ਗਿਆ।
ਰਾਜਪਾਲ ਦੇ ਸਮੇਂ ਦੇ ਨਾਲ ਸੰਬੰਧਿਤ ਆਰਟੀਕਲ 156 ਹੈ। ਪੰਜਾਬ ਕਿਸ ਜਲਵਾਯੂ ਖੇਤਰ ਵਿੱਚ ਹੈ, ਯਾਨੀ ਕਿ ਕਲਾਈਮੇਟ ਜ਼ੋਨ ਕੀ ਹੈ ਪੰਜਾਬ ਦਾ, ਤਾਂ ਜ਼ੋਨ 6 ਹੈ। 2011 ਦੀ ਜੋ ਮਰਦਸ਼ੁਮਾਰੀ ਸੀ ਉਹਦੇ ਅਨੁਸਾਰ ਮਰਦਾਂ ਦੀ ਸਾਖਰਤਾ ਕਿੰਨੀ ਹੈ ਪੰਜਾਬ ਦੇ ਵਿੱਚ, ਤਾਂ 81 ਸਮਥਿੰਗ ਹੈ। ਠੀਕ ਹੈ, ਅਬਾਊਟ ਅਗਰ 81 ਦੇ ਆਏ ਜਾਂ 80 ਦੇ ਆਏ ਤਾਂ ਤੁਸੀਂ ਉਸ ਚੀਜ਼ ਨੂੰ ਵੀ ਮਾਰਕ ਕਰ ਸਕਦੇ ਹੋ। ਸੋ ਕੁੱਲ ਮਿਲਾ ਕੇ ਅਸੀਂ ਦੇਖਿਆ ਕਿ ਜੋ ਪੰਚਾਇਤੀ ਸਿਸਟਮ ਹੈ, ਸੈਂਸਸ ਹੋ ਗਿਆ, ਠੀਕ ਹੈ, ਰਾਜਪਾਲ ਨਾਲ ਰਿਲੇਟਿਡ ਕੁਸ਼ਚਨ ਹੋ ਗਏ, ਠੀਕ ਹੈ, ਇਹ ਸਾਰੇ ਬਹੁਤ ਕੋਮਨਲੀ ਪੁੱਛੇ ਜਾ ਰਹੇ ਨੇ। ਸੋ ਮਸਟ ਰਿਵਾਈਜ਼ ਦਿਸ ਟੋਪਿਕਸ। ਥੈਂਕ ਯੂ ਸੋ ਮੱਚ।